ਸਤਿ ਸ਼੍ਰੀ ਅਕਾਲ ਜੀ ਜੀ ਅੱਜ ਆਪਾਂ ਆਏ ਹੋਏ ਹਾਂ ਗਿਆਨੀ ਇੰਸਟੀਮੈਂਟ ਬਰਨਾਲੇ ਦੇ ਵਿੱਚ ਅਤੇ ਆਪਣੇ ਹੈਗੇ ਆ ਚਰਨ ਭਾਅ ਜੀ ਅਤੇ ਅੱਜ ਇਹਨਾਂ ਨਾਲ ਗੱਲਬਾਤ ਕਰਾਂਗੇ ਆਪਣੇ ਐਗਰੀਕਲਚਰ ਇੰਪਲੀਮੈਂਟ ਬਾਰੇ ਦੱਸਣਗੇ ਕੀ ਇਹਨਾਂ ਦੇ ਇੰਪਲੀਮੈਂਟ ਦੀ ਖਾਸੀਅਤ ਹੈ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਪਹਿਲਾਂ ਤਾਂ ਸਾਰੇ ਵੀਡੀਓ ਦੇਖ ਰਹੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਅਤੇ ਔਰ ਬਾਈ ਰਜਿੰਦਰ ਨੂੰ ਰਾਇਲ ਟਰੈਕਟਰਸ ਅਤੇ ਬਾਈ ਵੀਰ ਨੂੰ ਸਤਿ ਸ਼੍ਰੀ ਅਕਾਲ ਅਤੇ ਥੈਂਕ ਯੂ ਕਰਦੇ ਹਾਂ ਜੇ ਪਹੁੰਚੇ ਵਿਜ਼ਿਟ ਕੀਤਾ ਅਤੇ ਬਾਈਆਂ ਨਾਲ ਡੀਲ ਚੰਗੀ ਡੀਲ ਹੋਈ ਹੈਗੀ ਬਾਈ, ਉਹਨਾਂ ਨੇ ਕਲਟੀਵੇਟਰ ਆਪਾਂ ਤੋਂ ਪਰਚੇਜ਼ ਕੀਤੇ ਆ। ਸੋ ਹੁਣ ਵੀਰ ਕਹਿ ਰਹੇ ਸੀ ਕਿ ਆਪਾਂ ਵੀਡੀਓ ਕਰਨੀ ਹੈਗੀ, ਸੋ ਅੱਜ ਆਪਾਂ ਤੁਹਾਨੂੰ ਹੁਣ ਇੰਪਲੀਮੈਂਟਾਂ ਬਾਰੇ ਗੱਲਬਾਤ ਕਰਦੇ ਹਾਂ ਵੀ ਕਿੱਦਾਂ ਕਿੱਦਾਂ ਹੈ ਨਾ ਕਿੱਦਾਂ ਦੀ ਸਟਾਰਟਿੰਗ ਸੀ। ਪਹਿਲਾਂ ਤਾਂ ਆਪਾਂ ਗੱਲ ਕਰਦੇ ਹਾਂ ਮੋਟਰ ਦੀ ਗੱਲ ਕਰਦੇ ਹਾਂ ਵੀ ਸਾਡੀ ਹੁਣ ਮੇਰੀ ਇਹ 'ਚ ਸਾਡੀ ਫਰਮ ਦੇ ਵਿੱਚ ਤੀਜੀ ਪੀੜ੍ਹੀ ਹੈ ਜੀ, ਦਾਦਾ ਜੀ ਤੋਂ ਲੈ ਕੇ ਅਸੀਂ ਸਾਰੇ ਇੰਪਲੀਮੈਂਟ ਵਗੈਰਾ ਤਿਆਰ ਕਰਦੇ ਹਾਂਗੇ। ਮੇਨ ਆਪਣਾ ਕਲਟੀਵੇਟਰਾਂ ਦੇ ਵਿੱਚ ਸਟਾਰਟਿੰਗ ਤੋਂ ਹੀ ਨਾਮ ਚੱਲਦਾ ਗਾ। ਆਪਾਂ ਤੁਹਾਨੂੰ ਅੱਗੇ ਵੀਡੀਓ ਦੇ ਵਿੱਚ ਉਹ ਫਰਮਾਂ ਵੀ ਦਿਖਾਵਾਂਗੇ ਜਿਹੜੇ ਦਾਦਾ ਜੀ ਨੇ ਬਣਾਇਆ ਸੀਗਾ ਪੁਰਾਣਾ ਫਰਮਾਂ। ਔਰ ਗੱਲ ਕਰੀਏ ਤਾਂ ਹੁਣ ਆਪਾਂ ਜੋ ਕਲਟੀਵੇਟਰਾਂ ਦੀ ਮੇਨ, ਇਹ 17 ਕਲਟੀਵੇਟਰ ਨੇ ਜੀ 13 ਤੋਂ, ਇਹਦੇ ਵਿੱਚ ਜਿਹੜੀ ਟਾਈਨ ਆ ਡੀਲਕਸ ਟਾਈਨ ਆ ਜੀ ਵਿਦਆਊਟ ਜੋੜ ਤੋਂ ਟਾਈਨ ਆ ਅਗਲੀ। ਇਹਦੀ ਜਿਹੜੀ ਮੇਨ ਖਾਸੀਅਤ ਆਪਣੇ ਕਲਟੀਵੇਟਰਾਂ ਦੇ ਵਿੱਚ ਜੀ, ਇੱਕ ਤਾਂ ਫਾਲੇ ਦੀ ਵੈਂਡ ਦੀ, ਇਸ ਵੈਂਡ ਦੀ, ਬਾਕੀ ਇਹਦੀ ਜਿਹੜੀ ਸਾਈਜ਼ ਦੀ ਕੈਲਕੂਲੇਸ਼ਨ ਦੀ ਹੈ ਜਾਂ ਟਰੈਕਟਰਾਂ ਦੇ ਅਕੋਰਡਿੰਗ, ਏਰੀਏ ਦੇ ਅਕੋਰਡਿੰਗ, ਜ਼ਮੀਨ ਦੇ ਅਕੋਰਡਿੰਗ, ਹਰ ਇੱਕ ਅਲੱਗ ਅਲੱਗ ਤਿਆਰ ਕਰਦੇ ਹਾਂ ਆਪਾਂ। ਜਿਵੇਂ ਇਹਦੇ ਸਾਈਜ਼ ਦੀ ਗੱਲ ਕਰੀਏ ਤਾਂ ਇਹ 'ਚ ਅਪਡੇਟ ਹੁੰਦੇ ਰਹਿੰਦੇ ਨੇਗੇ ਸਾਈਜ਼ ਟਰੈਕਟਰਾਂ ਦੇ, ਜਦੋਂ ਮੰਨ ਕੇ ਚਲੋ 4x4 ਟਰੈਕਟਰ ਜਾਂ ਵੱਡੇ ਆਈ ਜਾਂਦੇ ਨੇ ਉਹਦੇ ਕੌਣ ਚੇਂਜ ਵਗੈਰਾ ਹੁੰਦੇ ਰਹਿੰਦੇ ਨੇ, ਇਸ ਕਾਰਨ ਮੇਨ ਜਿਹੜੇ ਆਪਣੇ ਟਰੈਕਟਰ ਕਲਟੀਵੇਟਰ ਵਗੈਰਾ ਕੰਫਰਟੇਬਲ ਨੇ ਜੀ। ਔਰ ਨਾਲ ਜਿਹੜੀ ਮੇਨ ਖਾਸੀਅਤ ਆਪਣੇ ਫਾਲੇ ਦੀ ਆ, ਇਹ ਪਿਓਰ ਰੇਲਵੇ ਦੀ ਮਟੀਰੀਅਲ ਦੇ ਕਮਾਣੀ ਲੈ ਕੇ ਫਾਲਾ ਤਿਆਰ ਕੀਤਾ ਜਾਂਦਾ ਗਾ। ਜਿਵੇਂ ਨੋਰਮਲੀ ਆਪਾਂ ਫਾਲਾ ਯੂਜ਼ ਕਰਦੇ ਹਾਂਗੇ ਸੈਂਪਲ ਨਰਮ ਪੱਤੀ ਨੂੰ ਟੈਂਪਰ ਫਾਲਾ ਹੁੰਦਾ ਗਾ, ਇਹ ਓਰੀਜਨਲ ਕਮਾਣੀ ਦਾ ਫਾਲਾ ਹੈਗਾ ਆਪਣਾ। ਬਾਕੀ ਟਾਈਨ ਤੁਸੀਂ ਦੇਖ ਸਕਦੇ ਹੋ, ਪਹਿਲਾਂ ਆਪਾਂ ਉਹ ਵੀ ਦਿਖਾਵਾਂਗੇ ਪੁਰਾਣੀ ਜਿਹੜੀ ਯੂਜ਼ ਕਰਦੇ ਸਿੰਪਲ ਟਾਈਨ ਆ ਜੋੜ ਵਾਲੀ, ਇਹ ਵਿਦਆਊਟ ਜੋੜ ਤੋਂ ਟਾਈਨ ਆ ਜੀ। ਇਹਦੇ ਨਾਲ ਕੁਆਲਿਟੀ ਵੀ ਹੋਈ ਹੈਗੀ ਔਰ ਲੁੱਕ ਵਾਈਜ਼ ਵੀ ਸੋਹਣੇ ਬਣਿਆ ਕਲਟੀਵੇਟਰ। ਜਿਹੜੀ ਇਹਦੀ ਮੇਨ ਫਰੇਮ ਆ ਕਲਟੀਵੇਟਰਾਂ ਦੇ, ਅਲੱਗ ਅਲੱਗ ਮਾਡਲ ਆ ਜੀ, ਇਹ ਟੋਪ ਮਾਡਲ ਦੇ ਵਿੱਚ ਇਹਦਾ ਫਰੇਮ 80-80 ਵਾਈ ਦਾ, ਥਿਕਨੈਸ 6 mm ਆ ਜੀ। ਮੋਸਟਲੀ ਫਰਮਾਂ ਵਾਸ਼ਲਾਂ ਪਾ ਕੇ ਪਾਉਂਦੀਆਂ, ਆਪਾਂ ਵਾਸ਼ਲ ਨਹੀਂ ਪਾਉਂਦੇ, ਮਤਲਬ ਕਿ ਇੰਨੀ ਜ਼ਿਆਦਾ ਥਿਕਨੈਸ ਹੈਵੀ ਆ, ਇਹ ਨਟ ਵਗੈਰਾ ਅੰਦਰ ਨਹੀਂ ਜਾਊਗਾ। ਬਾਕੀ ਰੋਟਾਵੇਟਰ ਟਾਈਪ ਉੱਤੇ ਹੈਗੇ ਲੱਪੇ ਜੀ, ਰਾਡ ਲਵਾਉਣੀ ਤੁਸੀਂ ਸਿੰਪਲ ਰਾਡ ਵੀ ਲਵਾ ਸਕਦੇ ਹੋਗੇ। ਬਾਕੀ ਜਿਹੜੀ ਹਿੱਚ ਹੈ ਵੀਰੋ, ਇਹਦੀ ਆਪਾਂ ਫਲਾ ਕੇ ਹਿੱਚ ਲਾਉਣੇ ਹੈਗੇ, ਤੁਹਾਡੀ ਕਸਟਮਰ ਦੀ ਰਿਕੁਆਇਰਮੈਂਟ ਆ ਤਾਂ ਆਪਾਂ ਡਿਜ਼ਾਇਨ ਵਾਲੀ ਜਾਂ ਸੋਹਣੀ ਜਿੱਦਾਂ ਦੀ ਆਪਾਂ ਹਿੱਚ ਉਹ ਐਡ ਕਰ ਦਿੰਦੇ ਹਾਂ, ਬਟ ਸਾਡੀ ਜਿਹੜੀ ਪਹਿਲ ਹੁੰਦੀ ਆ ਤਾਂ ਇਸ ਹਿੱਚ ਨੂੰ ਹੀ ਹੁੰਦੀ ਆ, ਨਾਲੇ ਤਾਂ ਲਾਈਫ ਵਾਈਜ਼ ਇਹਦੀ ਹੈਵੀ ਹੋ ਜਾਂਦੀ ਆ, ਮੋਟੀ ਹੁੰਦੀ ਆ, ਥਿਕਨੈਸ ਇਹਦੀ 500 ਤੋਂ ਮੋਟੀ ਆ ਜੀ। ਬਾਕੀ ਅਸੀਂ ਫਲਾ ਕੇ ਲਾਉਣੇ ਆ, ਮੇਨ ਸਾਡਾ ਕੀ ਹੁੰਦਾ ਪਰਪਸ ਜੀ, ਆਪਾਂ ਟਾਇਰ ਨਹੀਂ ਦੇਣੇ ਹਲਾਂ ਨੂੰ, ਬਟ ਫਿਰ ਵੀ ਜਿੱਦਾਂ ਔਨ ਡਿਮਾਂਡ ਆਪਾਂ ਕਸਟਮਰ ਜਿੱਦਾਂ ਦੀ ਰਿਕੁਆਇਰਮੈਂਟ ਆ ਆਪਾਂ ਉੱਦਾਂ ਅਵੇਲੇਬਲ ਨੇ ਆਪਣੇ ਕੋਲ ਟਾਇਰ, ਜਿੱਦਾਂ ਦੇ ਵੀ ਚਾਹੀਦੇ ਆਪਾਂ ਟਾਇਰ ਵੀ ਦੇ ਦਿੰਦੇ ਹਾਂਗੇ। ਬਾਕੀ ਹਾਈਡਰੋਲਿਕ ਚਾਹੀਦੇ ਆ, ਕਿੱਦਾਂ ਦੇ ਵੀ ਚਾਹੀਦੇ ਫੋਲਡਿੰਗ, ਆਪਾਂ ਨੂੰ ਸਾਰੇ ਅਵੇਲੇਬਲ ਹੁੰਦੇ ਹੈਗੇ, ਤੁਸੀਂ ਆਹ ਦੇਖ ਸਕਦੇ ਹੋ। ਇਹਦੇ ਵਿੱਚ ਇਹ 13-17 ਕਲਟੀਵੇਟਰ ਨੇ। ਇਹਦੇ ਵਿੱਚ ਆਪਾਂ ਹੋਰ ਚੀਜ਼ ਐਡ ਕੀਤੀ ਆ, ਸਾਡਲ ਟਾਈਨ ਨੂੰ ਨਟ ਵਾਲਾ ਸਿਸਟਮ ਕਰ ਦਿੱਤਾ ਗਿਆ ਹੈਗਾ ਵੀ ਜਦੋਂ ਕੋਈ ਜੜਤਾ ਨਾਲ ਲੱਗੂਗਾ ਤਾਂ ਨਟ ਟੁੱਟ ਜਾਣਾ, ਸੇਫਟੀ ਨਟ ਦਿੱਤਾ ਗਿਆ ਨਾਲ, ਇੱਥੋਂ ਤੁਸੀਂ ਨਟ ਚੇਂਜ ਕਰ ਸਕਦੇ ਹੋ। ਜੇ ਤੁਸੀਂ ਸਾਰੇ ਕਰਾਉਣਾ ਚਾਹੁੰਦੇ ਹੋ ਸਾਰੇ ਵੀ ਕਰਾ ਸਕਦੇ ਹੋ। ਇਹ ਅੱਜ ਹੁਣ ਆਪਾਂ ਅੱਗੇ ਤੁਹਾਨੂੰ ਦਿਖਾਉਣੇ ਕਲਟੀਵੇਟਰ, ਉਹ ਜਿਹੜੇ ਪਿਛਲੇ ਕਲਟੀਵੇਟਰ ਸੀ ਵੀਰੋ 54x4x4 ਦੇ ਸੀ, ਇਹ 56x4x4 ਦੇ ਲਈ ਬਣਾਏ ਗਏ ਨੇ, ਇਹ 'ਚ ਬਿਨਾਂ ਟਾਇਰਾਂ ਤੋਂ ਨੇ, ਤੁਸੀਂ ਦੇਖ ਸਕਦੇ ਹੋ। ਔਰ ਅੱਗੇ ਤੁਸੀਂ ਦੇਖ ਸਕਦੇ ਹੋ ਵੀਰੇ 19 ਕਲਟੀਵੇਟਰ ਬਣ ਰਹੇ ਨੇਗੇ, ਇਹ 13-19 ਨੇ ਹਾਈਡਰੋਲਿਕ ਬਣਨਗੇ ਜੀ, ਤੁਸੀਂ ਦੇਖ ਸਕਦੇ ਹੋ ਪ੍ਰੋਪਰ ਐਕੂਰੇਸੀ ਦੇ ਵਿੱਚ ਸਾਰਾ ਕੰਮ ਕੀਤਾ ਜਾਂਦਾ ਗਾ। ਇਹਦੇ ਕਬਜ਼ੇ ਵਗੈਰਾ ਬਿਲਕੁਲ ਡਿਫਰੈਂਟ ਤਰੀਕੇ ਨਾਲ ਬਣਦੇ ਨੇ ਜਿਹੜੇ ਹਾਈਡਰੋਲਿਕ ਨੇ, ਤੁਸੀਂ ਦੇਖ ਸਕਦੇ ਹੋ। ਔਰ ਤੁਸੀਂ ਇਹਦੇ ਬਾਰੇ ਦੱਸੋ ਕਿ ਜਿਹੜੇ ਆਪਣੇ ਪੁਰਾਣੇ ਕਲਟੀਵੇਟਰ ਸੀਗੇ ਤੇ ਇਹਨਾਂ 'ਚ ਤੁਸੀਂ ਚੇਂਜ ਕੀ ਕੀਤਾ, ਥੋੜਾ ਸਾਡੇ ਸਰੋਤਿਆਂ ਨੂੰ ਉਹਦੇ ਬਾਰੇ ਵੀ ਥੋੜਾ ਦੱਸੋ। ਹਾਂਜੀ ਹਾਂਜੀ, ਪਹਿਲਾਂ ਜਿਵੇਂ ਕਿ ਕਹਿ ਲਈਏ ਟਰੈਕਟਰ ਛੋਟੇ ਹੁੰਦੇ ਸੀਗੇ ਜੀ, ਤੇ ਉਹਨਾਂ ਦੇ ਜਿਹੜੀ ਥਿਕਨੈਸ ਵਗੈਰਾ ਹੁੰਦੇ ਸੀ ਕਾਫੀ ਵੇਟ 'ਚ ਹਲਕੇ ਹੁੰਦੇ ਸੀਗੇ ਜੀ। ਹੁਣ ਟਰੈਕਟਰ ਵਾਈਜ਼ ਵੱਡੇ ਹੋਈ ਜਾਂਦੇ ਨੇ, ਜ਼ਮੀਨਾਂ ਜਿਵੇਂ ਕਹਿ ਲਈਏ ਇੰਪਲੀਮੈਂਟ ਵੱਡੇ ਆ ਗਏ, ਰੋਟਾਵੇਟਰ ਆ ਗਏ, ਉਹਨਾਂ ਨੇ ਤੈਅ ਬਣਾ ਕੇ ਇਹਨੂੰ ਹਾਰਡ ਕਰਤੀ ਪੈਲੇ ਆ, ਤਾਂ ਹੁਣ ਉਹਦੀ ਜਿਵੇਂ ਥਿਕਨੈਸ ਵਧੀ ਜਾਂਦੀ ਹੈ ਜੀ ਵੇਟ ਵਾਈਜ਼, ਅਤੇ ਉਦਾਂ ਸਾਰੇ ਹੈਵੀ ਡਿਊਟੀ ਕਰ ਦਿੱਤੇ ਗਏ ਆ, ਸਾਈਜ਼ ਵਧਾ ਦਿੱਤੇ ਗਏ ਟਰੈਕਟਰਾਂ ਦੇ ਅਕੋਰਡਿੰਗ, ਸੋ ਟਾਈਮ ਟੂ ਟਾਈਮ ਚੇਂਜ ਹੋਈ ਜਾਂਦੇ ਨੇਗੇ। ਹੁਣ ਤੁਹਾਨੂੰ ਇੱਕ ਫਰਮਾਂ ਵੀ ਦਿਖਾਉਣਾ ਆਪਾਂ ਜਿਹੜਾ ਆਪਣਾ ਪੁਰਾਣਾ ਫਰਮਾਂ ਜੀ, ਇਹ ਉਹ ਫਰਮਾਂ ਜੀ ਜਿਹੜਾ ਦਾਦਾ ਜੀ ਨੇ ਬਣਾਇਆ ਸੀਗਾ ਜੀ 1955 ਤੋਂ ਆਪਣੀ ਫਰਮਾਂ ਜੀ। ਆਹ ਸ਼ੇਪ ਸਾਰੀ ਚੀਜ਼ ਤੁਸੀਂ ਦੇਖ ਸਕਦੇ ਹੋਗੇ। ਹੁਣ ਵੀਰੋ ਤੁਸੀਂ ਦੇਖ ਸਕਦੇ ਹੋ ਵੀ ਇਹ ਬਿਲਕੁਲ ਅੱਧਾ ਹੋ ਚੁੱਕਿਆ ਹੈਗਾ ਕੱਸ ਕੇ, ਇਹਦੇ ਉੱਤੇ ਅੱਜ ਵੀ ਯਾਨੀ ਕਿ ਇਹਦੇ ਵੈਂਡ ਵਗੈਰਾ ਅਸੀਂ ਇੱਥੇ ਇਹਦੇ ਨਾਲ ਹੀ ਮੈਚ ਕਰ ਦਿਆਂਗੇ। ਇਹੀ ਮੇਨ ਆਪਣੀ ਕਾਰਾਗਰੀ ਮੇਨ ਖਾਸ ਹੈ ਜਿਹੜੀ ਇਹ ਚੀਜ਼ ਦੀ ਆ ਜੀ। ਹਾਂਜੀ ਆਪਣੇ ਕੋਲ ਹੈਰੋ ਹੋ ਗਏ ਜੀ, ਤਵੀ ਵਾਲੇ ਜੰਦੇ ਹੋ ਗਏ ਜੀ, ਸੁਹਾਗੇ ਹੋ ਗਏ, ਲੱਕੜ ਦੇ ਰੋਟਾਵੇਟਰ ਹੋ ਗਏ। ਅੱਜ ਆਪਾਂ ਹੁਣ ਰੋਟਾਵੇਟਰਾਂ ਬਾਰੇ ਦਿਖਾਉਂਦੇ ਹਾਂ ਜੀ।
ਜੀ ਇਹ ਕਲਟੀਵੇਟਰ ਆ ਇਹਦੇ 'ਚ ਉਹਦੇ ਦੂਜੇ ਨਾਲੋਂ बाला हो गया जी 72-72 हो गया थिकनेस 5 mm होंगी इतने रॉड लग जानी है सो ये डिफरेंट होंगे अलग अलग मॉडल जी हाँ जी हाँ जी ये 7 foot का साइज़ है रोटावेटर का जी ये 54 ब्लेड ने गे बॉल स्टील के ब्लेड लगे हुए हैं जी तुम देख सकते हो ब्लॉड ब्लेड वेंड पै जे टुट जे ब्लेड अपन नवा मिलू तो जो नट पाया वाई नंबर पाया मोस्टली 19-20 नंबर यूज किए जाते हैं स्टील ही नट ने जी जर वगैरह नहीं छेती पैंदी बाकी हाँ जी हाँ जी लॉक वाले नट पाए हुए सारे डबल डिस्क दिता गया जी दोवें पासे हैवी ड्यूटी बाकी जी मेन बॉडी आ गई हैवी ड्यूटी आ गई इधर गेयर 11x22 का लाया गया जी बाकी एक आपां नाल दिखावांगे वो जिहड़ा 10 foot रोटावेटर हैगा तो टॉप मॉडल तो बेस मॉडल से की डिफरेंस होंगे जिवें मोस्टली कस्टमर के अपने फोन से यही क्वेश्चन होंगे भी अपना की फर्क होंगे अज आप इस वीडियो में तुहानू दिखाउणेंगे एक तो वीरो ये गेयर होंगे अपना छोटा 11x22 का कह दें आपां गेयर के दो क्वालिटी होंगे वीरो एक लाइट वेट होंगे एक टॉप मॉडल होंगे गा असी बेस मॉडल बनाइए बेस मॉडल चाहे 6 foot बनाइए या 10 foot बनाइए रोटावेटर जो तुम 11x22 का भी लवा लोगे यह भी अपना टॉप मॉडल के ही आ गया गेयर कोई प्रॉब्लम नहीं आऊ चाहे 10 foot लवा लो गेयर तुम ये बाकी जिम्मे एक्सेसरी होगी भी लप्पे वगैरह हो गए और सारी चीज़ा हैवी होंगे ने अपने रोटावेटर दियाँ 4 स्परिंग ने 7 foot के बाकी जो अभी साइड गेयर के गरारियाँ यूज़ करते हैं EN मटीरियल यूज़ किया जाता है ये 353 जेडे कि बड़े बड़े ब्रांड यूज़ करते हैं गेयर साइड गेयर यही चीज़ा मेन होंगे ने कोई दिक्कत नहीं आऊगी ये अपना 10 foot साइज के जी गेयर का तुम देख सकते हो डिफरेंस यदा 13-23 का गेयर आ जी हैवी ड्यूटी करोन पिन वाला जी ये 7 foot भी लवा सकते हो 6 foot भी लवा सकते हो कॉस्ट बढ़ जानी है और जेडे वायरिंग ने NVC पाए हुए हैं वो ARB आप JVK यूज़ करते हैं जी तो साइड गेयर सेम ही ने गे जिमें आप उधर सुन दसा सी EN मटीरियल यूज़ किया जाता सारा कुछ ये टॉप मॉडल थोड़ा हिच का भी डिफरेंस दे दें आप पिछों तक कवर कर दी हिच ये हैवी होने करके भी जो भी आप गेयर ये लाने तो वो हिच ही दें जी आप बाकी 6 स्परिंग ने 72 ब्लेड ने जी 10 foot का ये रोटावेटर जी बाकी तुम देखना चाहते हो तो आप वीर लिंक देवे तो कार्ड के उपर लिंक मिल जाएंगे सारे के चलते 10 foot रोटावेटर के भी 10 foot का तुम कह लो भी 735 भी चल रहा साडा वह आप लिंक देवे वीर तुम्हें शेयर करे तुम देख सकते हो गए बाकी नाल दिना सुहागा आ गया जी किकर का सुहागा है 12 foot की लेंथ है यदि 10 inch हाइट है यदि यदा वेट 4.5 quintal आ गया यह 50 HP तो उपर ट्रैक्टर तुम बड़े आराम नाल चला सकते हो यह 3 foot के हों जी ये गड्डली वगैरह वधिया रोल होंगी सफाई वधिया लैके आता जिवें अपने मोस्टली पहले अपने 2 foot दिते जाते होंगे सके 3 foot ने उदा बाकी ये लोहे के ना ये फट बन दिते जाते हैं जी मोस्टली की होंगे पहले लकड़ के सहागे वट खा जाते हैं धुप्पे पे जाता ये वट वगैरह की दिक्कत नहीं आऊगी और प्लस नाल दिन ये ना इतने अपने थले साइड दंद लाया गया जी डली भन्न और यदि कोर बनाई रखता लकड़ की कोर ही खराब होंगी जी और लकड़ की लाइफ बनी रहती है बाकी इतने ये संगल वाले कुंडे दिते गए हैं ये एडजस्टमेंट होंगी जी पिना कड के कुंडे हेठा भी कर सकते हैं उपर भी चक सकते हैं जे ट्रैक्टर उधर खड़ा तो कड के पिना आप उधर भी पा सकते हैं और जेड़े ये पिछे टायर वगैरह लगे ने गए जी और मन के चलो चाहे 100 किलोमीटर तो लैके जाना सुहागा टायर रबड़ नहीं खराब होंगी वधिया टायर लगे ने नाल दिता गया अपने ये लीवर दिता गया जी ईजी लग जाता हिस्सा बहन के कई बार दिक्कत आँदी सुहागे वो चीज़ नहीं हैगी बाकी सबसोइलर अपना जी ये टैंक प्लेट च बनया हुआ जी नाल ड्रावल दे फिट किया गया तुम इतों नट खोल के ड्रावल तो भी कम लै सकते हो जो लैना चाहते हो बाकी थले कमाणी का फाला लगे हुआ जी मेन खासियत जिते फाला लगे है जी जुत्ती आप भी खुलती की हुई है जी मोस्टली किसान ने जो फाला चेंज करना गा साइज़ नहीं पता लगते सुराखा के तो उदो जुत्ती सारी खोल के लै जाओ वीरो तुम उ जाके फाला फिट करवा सकते हो घर लैके आपका कस सकते हो बाकी चलते भी वीडियो भी थोड़ा कार्ड तो मिल जाने की प्रॉपर इन्हें सारा इतों तक लग जाना गा कल ड्रावल ड्रावल उपर रह जाने वीरो सारे यदि जानी कि जी थले जाना 2 foot के करीब दिन थले चला जाना जी बाकी 2 वाला चाहिए 3 वाला जिदा का भी चाहिए रिक्वायरमेंट तो आप उदा सारा तैयार कर देने जी हूँ आप जिंदरे दिखाने सोनू आज एक जिहड़ा ऐटोमैटिक जिंदरा वीरो तुसी अपनी वीडियो देखी होनी लेटेस्ट हुण तैयार करना आपां उहदे बारे तुसी भी देख लियो वीडियो दे विच चैक कर लियो उहदे विच आबी पाने दी लोड़ नहीं हैगी ये सिंपल जिंदरे आ गए जी ये ऐटोमैटिक आगा इहदे हैंडल लग जाणा उपरले पासे इत्थों जिन्ना मर्जी तंग भीड़ा कर सकदे हो ये सिंपल आ जांदा जी
ये नटा नाल हो जाना गा। वो अपना तवी वाला बेस मॉडल आ जी, ये बेस मॉडल एक अपना टॉप मॉडल होंगे जी, और चाबी पाने की लोड़ नहीं पैंदी। सुपर हीरो होंगे अजकल देख सकते हैं कि वह थीम दिता गया, बैटमैन का थीम दिता गया जी, साइडा के टूल दिते गए हैं, वीर ने स्पैशल तैयार करवाया जी, जलंधर साइड जाना गया है, एक्सेसरी वगैरह लगी है 6x3 का साइज है और सोना मॉडिफाई किया गया जी, बाकी जिदा की रिक्वायरमेंट आ उदा के हो जाए तैयार। बाकी मैं वीडियो वीर नूं क्लिप देऊंगा, तुसीं जीप वाले ट्रालियां देख सकते हो, अपने जीप वाले ट्रालियां बहुत सोहणियां आपां तैयार करदे आं जी। और बाकी वीरो अपना ऑल इंडिया और इंडिया तो बाहर भी किसी कंट्री चाहते हो तो अपने को ट्रांसपोर्टेशन का सारे प्रबंध अवेलेबल ने गे, कितने भी तुम आउट ऑफ कंट्री चाहिए तो सारे कितने मिलेगा जी। तो थैंक यू भाई का एक बार फिर धन्यवाद। थैंक यू जी। ओके जी।